ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁਅਲੈਕੁਮ ਹਾਂਜੀ ਵੀਰੋ ਭਰਾਓ ਕੀ ਹਾਲ ਆ ਜੀ ਠੀਕ ਹੋ ਉਮੀਦ ਕਰਨਾ ਕਿ ਆਪਣੀਆਂ ਦਾ ਹੋਵੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਤੇ ਕੰਨੀਆਂ ਜੀ ਅੱਜ ਦੀ ਵੀਡੀਓ ਸ਼ੁਰੂ ਮਨਾ ਰਿਹਾ ਜੀ ਦਿੱਲੀ ਦੇ ਸ਼ਹਿਰ ਨੇ ਆਪਣਾ ਸੀ ਵੀਡੀਓ ਦਿਖਾਉਂਦੇ ਤੁਹਾਨੂੰ ਅੱਜ ਦਾ ਮਾਹੌਲ ਹੈ ਤੇ ਜਿਹਨਾਂ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਜ਼ਮੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਤੁਹਾਨੂੰ ਸਕੋਰ ਹਿੱਟ ਵੀ ਕਰਵਾ ਰਹੇ ਹਾਂ ਇਟਲੀ ਦਾ ਸ਼ਹਿਰ ਆ ਨੈਪਲਸ ਇਸ ਇਲਾਕੇ ਦਾ ਸਭ ਤੋਂ ਵੱਡਾ ਸ਼ਹਿਰ ਆ ਤੇ ਅੱਜ ਗਰਮੀ ਆ ਜਿਹਦੀ ਵਜ੍ਹਾ ਨਾਲ ਟੂਰਿਸਟ ਵੀ ਬੜਾ ਹੈ ਇਸ ਇਲਾਕੇ ਵਿੱਚ ਕਿਉਂਕਿ ਆਹ ਇਲਾਕਾ ਸਮੁੰਦਰ ਦੇ ਉੱਤੇ ਕਾਇਮ ਹੈ ਆਹ ਦੁਕਾਨਾਂ ਨੇ ਸਾਰੀਆਂ ਤੇ ਆਹ ਦਰਿਆਣਕਾਂ ਲਾਈਆਂ ਜੀ ਹਾਂਜੀ ਜਿੰਝ ਸਾਡੇ ਲਾਉਂਦੇ ਨੇ ਇਤਵਾਰ ਬਾਜ਼ਾਰ ਦੇ ਵਿੱਚ ਤੇ ਚਲੋ ਚੱਲੀ ਦਾ ਮੇਲਾ ਲੱਗਿਆ ਕੋਈ ਆ ਰਿਹਾ ਤੇ ਕੋਈ ਜਾ ਰਿਹਾ ਤੇ ਮੈਂ ਕਿਹਾ ਅਸੀਂ ਵੀ ਵਿਜ਼ਿਟ ਕਰੀਏ ਅੱਜ ਇਹ ਨੈਪਲਸ ਸ਼ਹਿਰ ਹੈ ਤੇ ਬੜਾ ਵੱਡਾ ਸ਼ਹਿਰ ਹੈ ਇਹਨੂੰ ਸਾਰਾ ਦਿਨ ਕੀ ਕਿ ਪੂਰਾ ਮਹੀਨਾ ਵੀ ਇਹਦਾ ਵਿਜ਼ਿਟ ਕਰੋ ਤੇ ਨਹੀਂ ਬੰਦਾ ਕਰ ਸਕਦਾ ਸਾਡਾ ਕਿ ਵੱਡਾ ਸ਼ਹਿਰ ਹੈ ਤੇ ਚੱਲਿਆ ਹੁਣ ਅੱਗੇ ਦਿਖਾਉਂਦਾ ਤੁਹਾਨੂੰ ਅੱਜ ਦਾ ਮਾਹੌਲ ਕੀ ਮਾਹੌਲ ਹੈ ਇੱਥੇ ਦਾ ਦੋਸਤੋ ਬੱਚੇ ਲੱਭੇ ਸਵਾਬ ਯਾਰ ਦੇਖੋ ਇਮਾਰਤ ਕਾਇਮ ਆ ਸਾਰੀ ਪੀਲੇ ਕਲਰ ਦੀ ਇਮਾਰਤ ਰੰਗੀ ਆ ਤੇ ਸਮੁੰਦਰ ਆ ਤੂੰ ਕਿੰਨੀ ਕੁ ਦੂਰ ਆ ਹਾਂ ਅਸੀਂ ਜੀ ਅੱਜ ਜਾ ਰਿਹਾ ਸਮੁੰਦਰ ਤੇ ਮੈਂ ਕਿਹਾ ਕਿਉਂ ਨਾ ਅੱਜ ਸਮੁੰਦਰ ਦਾ ਵਿਜ਼ਿਟ ਕਰੀਏ ਤੇ ਸਮੁੰਦਰ ਆ ਤੂੰ ਤਕਰੀਬਨ ਅੱਧਾ ਘੰਟਾ ਦੂਰ ਆ ਅੱਗੇ ਮੁੰਡੇ ਨੇ ਵਾਲ ਦੇਖ ਕਿੱਡੇ ਕਿੱਡੇ ਰੱਖੇ ਸ਼ੌਕ ਆ ਤੇ ਹਰ ਬੰਦੇ ਨੂੰ ਆਪਣਾ ਸ਼ੌਕ ਆ ਜੋ ਮਰਜ਼ੀ ਆ ਟੈਲੀਫੋਨ ਲੱਗਾ ਜੀ ਪੁਰਾਣੇ ਦੌਰ ਦਾ ਅੱਜ ਵੀ ਕਾਇਮ ਹੈ ਜਿਸ ਤਰ੍ਹਾਂ ਸਾਡੇ ਪਾਸਾਂ ਵੇ ਪੀਡੀਸੀਐਲ ਹੁੰਦੇ ਹਨ ਪੈਸੇ ਪਾ ਕੇ ਤੇ ਕਾਲ ਕਰੋ ਲੇਕਿਨ ਇੱਥੇ ਅੱਜ ਵੀ ਕਾਇਮ ਨੇ ਪੁਰਾਣੇ ਜਿਹੜੇ ਗੋਰਿਆਂ ਨੇ ਤਰੱਕੀ ਤਾਂ ਕਰ ਲਈ ਆ ਲੇਕਿਨ ਜਿਹੜੇ ਇਹਨਾਂ ਦੇ ਪੁਰਾਣਾ ਮਾਹੌਲ ਹੈ ਜਿਸ ਤਰ੍ਹਾਂ ਟੈਲੀਫੋਨ ਲੱਗਾ ਅੱਜ ਵੀ ਇਹਨਾਂ ਨੇ ਕਾਇਮ ਰੱਖਿਆ ਚੱਲਣੇ ਆਪਾਂ ਦਿਖਾਉਂਦੇ ਤੁਹਾਨੂੰ ਅੱਜ ਦਾ ਮਾਹੌਲ ਤੇ ਇੱਧਰ ਬੰਦੂ ਭਾਈ ਨੇ ਆਣਕਾਂ ਸ਼ਾਂਗਾਂ ਲਾਈਆਂ ਨੇ ਇੱਥੇ ਦੇ ਲੋਕ ਜੀ ਬਹੁਤ ਅੱਛੇ ਦੇ ਲੋਕ ਬਹੁਤ ਅੱਛੇ ਲੋਕ ਨੇ ਇੱਥੇ ਦੇ ਤੇ ਆਹ ਇਲਾਕਾ ਇੰਡੀਆ ਜਿੰਝ ਪਾਕਿਸਤਾਨ ਬਲੋਚਿਸਤਾਨ ਹੈ ਇੱਕ ਸਾਈਡ ਤੇ ਜਾਂ ਪਿਸ਼ਾਵਰ ਹੈ ਆਹ ਇਲਾਕਾ ਵੀ ਜਿਹੜਾ ਇਟਲੀ ਦਾ ਇੱਕ ਮੁਖਤਲਿਫ ਇਲਾਕਾ ਹੈ ਇੱਥੇ ਜ਼ਬਾਨ ਵੀ ਜਿੰਝ ਸਾਡੇ ਪਾਕਿਸਤਾਨ ਪਠਾਨ ਆਪਣੀ ਬੋਲੀ ਬੋਲਦੇ ਨੇ ਤੇ ਇੱਥੇ ਕੀ ਨਾ ਇਹਨਾਂ ਲੋਕਾਂ ਦੀ ਆਪਣੀ ਜ਼ਬਾਨ ਹੈ ਇਸ ਇਲਾਕੇ ਦੀ ਜਿਹੜੀ ਇਸ ਇਲਾਕੇ ਦੀ ਜ਼ਬਾਨ ਹੈ ਨਾ ਪੁਲੀਤਾਨ ਹੈ ਤੇ ਜਿਹੜੇ ਦੂਸਰੇ ਲੋਕ ਨੇ ਇੱਥੇ ਤੇ ਉਹ ਪੂਰੀ ਇਟਾਲੀਅਨ ਜਿੰਝ ਸਾਡੇ ਪੰਜਾਬ ਵਿੱਚ ਪੰਜਾਬ ਉਰਦੂ ਪੰਜਾਬੀ ਚੱਲਦੀ ਹੈ ਉਰਦੂ ਮਸ਼ਹੂਰ ਹੈ ਤੇ ਦੂਸਰੇ ਇਲਾਕਿਆਂ ਵਿੱਚ ਇੱਕੋ ਜ਼ਬਾਨ ਹੈ
ਜੀ ਇੱਥੇ ਲੋਕੀ ਤਰੀਹੀ ਮਕਾਮਾਤ ਦੇਖਣ ਆਉਂਦੇ ਨੇ, ਜਿਹੜੇ ਕਾਇਮ ਨੇ ਇੱਥੇ ਲੋਕੀ ਬੈਠੇ ਨੇ, ਇੰਜੋਏਮੈਂਟ ਕਰ ਰਹੇ ਨੇ। ਤੇ ਦੇਖੋ ਹਾਂ ਕਿਸ਼ਤੀ ਬਣਾਈ ਆ ਪਿੱਲਰ ਦੇ ਉੱਤੇ, ਤੇ ਇਹਦੀ ਜਿਹੜੀ ਹਿਸਟਰੀ ਆ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਐਂਡ ਤੇ ਕੀ ਹਿਸਟਰੀ ਆ ਇਸ ਜਗ੍ਹਾ ਦੀ। ਇੱਥੇ ਜਿਤਨਾ ਵੀ ਆ ਜ਼ਿਆਦਾ ਟੂਰਿਸਟ ਆ, ਆਪੇ ਇਟਾਲੀਅਨ ਲੋਕ ਘੱਟ ਨੇ, ਟੂਰਿਸਟ ਬਹੁਤ ਜ਼ਿਆਦਾ ਇੱਥੇ, ਇਲਾਕਾ ਟੂਰਿਸਟ ਦੀ ਵਜ੍ਹਾ ਨਾਲ ਮਸ਼ਹੂਰ ਵੀ ਆ। ਬੜਾ ਹੀ ਪਿਆਰਾ ਵਿਊ ਇੱਥੇ ਦਾ ਮਾਸ਼ਾਅੱਲਾ। ਆਪਣੀਆਂ ਰਸਮੋ ਰਿਵਾਜ਼ ਇਹਨਾਂ ਨੇ ਪੁਰਾਣੀਆਂ ਕਾਇਮ ਰੱਖੀਆਂ ਨੇ ਜਿਹੜੀਆਂ ਇੱਥੇ ਦੀਆਂ ਨੇ। ਬੜਾ ਹੀ ਪਿਆਰਾ ਵਿਊ ਮਾਸ਼ਾਅੱਲਾ। ਹਰ ਬੰਦਾ ਚਿਲ ਛਿਲ ਕਰਦਾ ਵਿਆ। ਦੇਖੋ ਜੀ ਆਏ ਆ ਇੱਥੇ, ਮਾਰਕੀਟਿੰਗ ਆ, ਖਾਣ ਪੀਣ ਦੀਆਂ ਦੁਕਾਨਾਂ ਨੇ ਸਾਰੀਆਂ। ਦੇਖੋ ਦਰਿੰਕਾਂ ਦੇ ਬੂਟੇ ਲਾਏ ਨੇ ਇੱਥੇ, ਸਭ ਖਾਣ ਪੀਣ ਵਾਲੀਆਂ ਦੁਕਾਨਾਂ ਨੇ, ਲੇਕਿਨ ਬੂਟਿਆਂ ਦੀ ਖੂਬਸੂਰਤੀ ਬਣਾਈ ਆ ਇੱਥੇ। ਇੱਥੇ ਗੱਡੀਆਂ ਦੀ ਆਮਦ ਰਫਤ ਵੀ ਘੱਟ ਹੀ ਹੈ, ਦੁਕਾਨਾਂ ਨੇ ਸਾਰੀਆਂ, ਜਿਤਨੀਆਂ ਵੀ ਬ੍ਰਾਂਡ ਦੀਆਂ ਦੁਕਾਨਾਂ ਨੇ ਨਾ ਇਸ ਜਗ੍ਹਾ ਨੇ। ਦਰਖਤਾਂ ਨੂੰ ਲੋਕੀ ਬੜਾ ਪਸੰਦ ਕਰਦੇ ਨੇ, ਦਰਖਤਾਂ ਦੀ ਵਜ੍ਹਾ ਨਾਲ ਖੂਬਸੂਰਤੀ ਹੁੰਦੀ ਆ। ਇਹ ਜਗ੍ਹਾ ਨੂੰ ਸਮਝੋ ਕਿ ਕਈ ਮਹੀਨੇ ਵੀ ਐਕਸਪਲੋਰ ਕਰੀਏ, ਜਿੱਡਾ ਕੁ ਵੱਡਾ ਇਲਾਕਾ ਜਿਹੜੀ ਟੂਰਿਸਟ ਲੈ ਕੇ ਜਾਂਦੀ ਹੈ। ਤੁਹਾਨੂੰ ਮਿਸਰ ਦਾ ਦੌਰ ਯਾਦ ਆਏਗਾ, ਹਜ਼ਰਤ ਯੂਸਫ ਅਲੈਹਿਸ ਸਲਾਮ ਦਾ, ਤੇ ਉਸ ਦੌਰ ਵਿੱਚ ਬਿਲਡਿੰਗਾਂ ਬਣੀਆਂ ਹੁੰਦੀਆਂ ਸੀ, ਉਹ ਕਾਇਮ ਰੱਖਣ ਵਾਸਤੇ, ਕਣਕ ਗੰਦਮ ਕੋਈ ਵੀ ਜਮ੍ਹਾਂ ਕਰਨ ਵਾਸਤੇ, ਅਤੇ ਕਾਪੀ ਕਰਕੇ ਤਸਵੀਰਾਂ ਲਾਈਆਂ ਨੇ ਸਾਰੇ ਇਲਾਕੇ ਦੀਆਂ। ਅਤੇ ਟੂਰਿਸਟ ਬਹੁਤ ਜ਼ਿਆਦਾ ਹੁੰਦਾ ਇੱਥੇ, ਅਤੇ ਚੱਲੇ ਆਪਾਂ ਵੀ ਦਿਖਾਉਂਦੇ ਹਾਂ ਤੁਹਾਨੂੰ ਕੀ ਮਾਹੌਲ ਹੈ ਇੱਥੇ ਦਾ। ਅਤੇ ਦੇਖੋ ਜੀ ਰਸ਼ ਲੱਗਾ ਟੂਰਿਸਟ ਦਾ, ਬਹੁਤ ਜ਼ਿਆਦਾ ਟੂਰਿਸਟ ਹੁੰਦਾ ਇੱਥੇ। ਗੋਰਿਆਂ ਦੇ ਵਿੱਚ ਦਾਨੀਆਂ ਹੋ ਗਏ ਜਾ ਰਹੇ ਆ। ਇਹ ਜੀ ਆ ਗਿਆ ਇਮਾਰਤ ਦੇ ਸਾਹਮਣੇ, ਜਿਹੜੀ ਤਕਰੀਬਨ 2000 ਤੋਂ ਵੀ ਪਹਿਲੇ ਦੀ ਕਾਇਮ ਹੈ, 2000 ਕਹਿੰਦਾ ਮੈਂ ਕਿ 1947
ਉਦੋਂ ਤੋਂ ਵੀ ਕਾਇਮ ਆ, ਸਾਡਾ ਪਾਕਿਸਤਾਨ ਵੀ ਨਹੀਂ ਬਣਿਆ। ਬੜਾ ਹੀ ਰਸ਼ ਆ ਇੱਥੇ, ਬਹੁਤ ਜ਼ਿਆਦਾ ਟੂਰਿਸਟ। ਦੇਖਦੇ ਹਾਂ, ਹੁਣ ਜਾਣ ਦਿੰਦੇ ਨੇ ਸਾਨੂੰ ਅੰਦਰ ਨਹੀਂ। ਸਾਰੇ ਆਪਣੀਆਂ ਫੋਟੋਆਂ ਖਿੱਚ ਰਹੇ ਨੇ ਤੇ ਆ ਜੀ ਆ ਥੱਲੇ ਦੇਖੋ ਕਿੰਨੀ ਡੂੰਘਾਈ ਆ। ਪਹਾੜ ਹੀ ਆ ਕੋਈ ਜਿਹਨੂੰ ਖੋਦ ਗਿਆ, ਪੁਰਾਣੇ ਦੌਰ ਦਾ ਦੇਖੋ ਬਣਿਆ, ਪੁਰਾਣੇ ਦੌਰ ਦੀਆਂ ਇੱਟਾਂ ਲੱਗੀਆਂ ਨੇ। ਸਰਕਾਰ ਕੀ ਕੁਝ ਐਨ ਚੱਕਰ ਆ, ਚੱਲਣੇ ਆ ਹੁਣ ਅੱਗੇ, ਮਤਲਬ ਟਿਕਟਾਂ ਦਾ ਚੈਨ ਚੱਕਰ ਨਾ ਹੋਏ ਕੋਈ, ਦਿਖਾਣਾ ਤੁਹਾਨੂੰ ਕੋਈ ਅੰਦਰ ਦਾ ਵਿਊ। ਬੜੀ ਪੁਰਾਣੀ ਇਮਾਰਤ ਆਇਓ, ਤਕਰੀਬਨ ਇਹਨਾਂ ਦੀਆਂ ਪੁਰਾਣੀਆਂ ਰਸਮਾਂ ਤਾਂ ਕਾਇਮ ਹੋਣੀਆਂ ਨੇ, ਬੁੱਤ ਛੋਤੀ ਹੋਣੇ ਨੇ ਇੱਥੇ, ਪੁਰਾਣਾ ਦੌਰ ਕਾਇਮ ਰੱਖਿਆ ਇਹਨਾਂ ਨੇ ਆਪਣਾ। ਬਾਹਰ ਦਾ ਵਿਊ, ਟਿਕਟਾਂ ਦਾ ਤਾਂ ਲੱਗਾ ਰਸ਼, ਟਿਕਟਾਂ ਨੂੰ ਲੱਗ ਗਿਆ ਨਾ ਟਾਈਮ, ਅਸੀਂ ਜਾਣਾ ਵਾਪਸੀ ਵੀ, ਕਿਉਂਕਿ ਸਾਡਾ ਜਿਹੜਾ ਘਰ ਹੈ ਇੱਥੋਂ ਬੜੀ ਦੂਰ ਆ, ਅੱਜ ਬੜੀ ਦੂਰ ਵਿਜ਼ਿਟ ਕਰ ਕੇ ਆਇਆ, ਬੜੀ ਦੂਰ ਦਾ ਪੈਂਡਾ।